ਆਪਣੇ ਉਹਨਾਂ ਵੱਲੋਂ ਆਪਣੇ ਵੱਲੋਂ ਜੋ ਵੀ ਜਿਨ੍ਹਾਂ ਵੱਲੋਂ ਤੁਹਾਨੂੰ ਲੱਗਦਾ ਕਿ ਜੇ ਮੇਰੀ ਗਲਤੀ ਆ ਤਾਂ ਮੇਰੇ ਵੱਲੋਂ ਹੋ ਗਿਆ, ਜੇ ਉਹਦੀ ਗਲਤੀ ਆ ਤਾਂ ਉਹਦੇ ਵੱਲੋਂ, ਸੋ ਮੈਂ ਸੌਰੀ ਹਾਂ। ਪੰਜਾਬੀ ਗਾਇਕ ਸਿੰਘਾਂ ਦੇ ਮਾਫ਼ੀ ਮੰਗਣ ਦੀ ਇਹ ਵੀਡੀਓ ਬਟਾਲਾ ਦੀ ਹੈ, ਜਿੱਥੇ ਸਿੰਘਾਂ ਪੱਤਰਕਾਰਾਂ ਤੋਂ ਮਾਫ਼ੀ ਮੰਗਦੇ ਨਜ਼ਰ ਆ ਰਹੇ ਨੇ। ਦਰਅਸਲ ਬੀਤੀ 1 ਸਤੰਬਰ ਨੂੰ ਸਿੰਘਾਂ ਵੱਲੋਂ ਬਟਾਲਾ 'ਚ ਇੱਕ ਸ਼ੋਅ ਕੀਤਾ ਗਿਆ ਸੀ, ਜਿਸ 'ਚ ਸਿੰਘਾਂ ਦੇ ਬਾਉਂਸਰਾਂ ਵੱਲੋਂ ਪੱਤਰਕਾਰਾਂ 'ਤੇ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਬਟਾਲਾ ਮੀਡੀਆ ਨੇ ਸਿੰਘਾਂ ਖਿਲਾਫ਼ ਪੁਲਿਸ ਨੂੰ ਮਾਮਲਾ ਦਰਜ ਕਰਵਾਇਆ ਅਤੇ ਇਸੇ ਮਾਮਲੇ ਨੂੰ ਲੈ ਕੇ ਅੱਜ ਸਿੰਘਾਂ ਬਟਾਲਾ ਪਹੁੰਚੇ ਹੋਏ ਸੀ, ਜਿੱਥੇ ਸਿੰਘਾਂ ਨੇ ਪੱਤਰਕਾਰਾਂ ਤੋਂ ਮਾਫ਼ੀ ਮੰਗੀ। ਹੁਣ ਸਾਰੇ ਜਣੇ ਬੜੇ ਬੈਠੇ ਹੋ, ਮੈਂ ਮੇਰੇ ਖਿਆਲ 'ਚ ਉਮਰ 'ਚ ਛੋਟਾ ਹੀ ਹੋਣਾ, ਹੈ ਨਾ, ਸਾਰਿਆਂ ਨਾਲੋਂ ਤੁਹਾਡੇ ਐਕਸਪੀਰੀਅੰਸ ਵੀ ਵੱਡੇ ਨੇ ਸਾਡੀਆਂ, ਹੈ ਨਾ, ਤੁਹਾਡੀ ਉਮਰ ਵੀ ਵੱਡੀ ਹੈ। ਸੋ ਮੈਂ ਇੱਕੋ ਗੱਲ ਕਹਿਣੀ ਚਾਹੁੰਦਾ, ਮੈਨੂੰ ਬਹੁਤਾ ਕੁਛ ਕਹਿਣਾ ਤਾਂ ਆਉਂਦਾ ਨਹੀਂ ਕਿ ਮੈਂ ਰਿਸਪੈਕਟ ਕਰਦਾ ਤੁਹਾਡੀ ਸਾਰਿਆਂ ਦੀ, ਕਿਉਂਕਿ ਜੇ ਮੀਡੀਆ ਹੈ ਮੀਡੀਆ ਕਰਕੇ ਅਸੀਂ ਹਾਂ, ਸਿੱਧੀ ਗੱਲ, ਹੈ ਨਾ। ਨਾ ਮੇਰਾ ਕੋਈ ਮੋਟਿਵ ਸੀ ਕਿ ਮੈਂ ਤੁਹਾਨੂੰ, ਹੈ ਨਾ, ਬਾਈ ਦੇ ਜੋ ਵੀ ਹੋਇਆ ਸੱਟ ਵਗੈਰਾ ਲੱਗੀ ਹੈ ਜਾਂ ਬਾਉਂਸਰ ਨੇ ਕਿਹਾ, ਸੋ ਬਾਉਂਸਰ ਉਹ ਉਹਨਾਂ ਦੀ ਡਿਊਟੀ ਸੀ, ਸੋ ਉਹਨਾਂ ਵੱਲੋਂ ਜੇ ਤੁਹਾਨੂੰ ਲੱਗਦਾ ਤਾਂ ਮੈਂ ਆਪ ਆਪਣੇ ਉਹਨਾਂ ਵੱਲੋਂ ਆਪਣੇ ਵੱਲੋਂ ਜੋ ਵੀ ਜਿਨ੍ਹਾਂ ਵੱਲੋਂ ਤੁਹਾਨੂੰ ਲੱਗਦਾ ਕਿ ਜੇ ਮੇਰੀ ਗਲਤੀ ਆ ਤਾਂ ਮੇਰੇ ਵੱਲੋਂ ਹੋ ਗਿਆ, ਜੇ ਉਹਦੀ ਗਲਤੀ ਆ ਤਾਂ ਉਹਦੇ ਵੱਲੋਂ, ਸੋ ਮੈਂ ਸੌਰੀ ਹਾਂ ਅਤੇ ਅੱਗੇ ਤੋਂ ਸਾਰਿਆਂ ਦੀ ਹੋਊਗਾ, ਅੱਗੇ ਤੋਂ ਨਹੀਂ ਹੋਊਗਾ ਅਤੇ ਅੱਗੇ ਵੀ ਮੈਂ ਵੈਸੇ ਰਿਸਪੈਕਟ ਤਾਂ ਮੈਂ ਸਾਰਿਆਂ ਦੀ ਕਰਦਾ, ਜੇ ਤੁਹਾਨੂੰ ਲੱਗਾ ਕਿਤੇ ਨਾ ਕਿਤੇ ਸਿੰਘਾਂ ਗਲਤ ਆ ਤਾਂ ਉਹਦੇ ਲਈ ਸੌਰੀ ਹਾਂ। ਬਟਾਲਾ ਤੋਂ ਸੰਜੀਵ ਮੰਗੋਤਰਾ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ, ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ ਚਾਰ ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।